ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ ਤੇ ਆਪਾਂ ਆਪਣੇ ਚੈਨਲ ਤੇ ਕਰ ਰਹੇ ਹਾਂ ਤਿਆਰੀ ਜੋ ਜੀ ਸੀ ਨੈਟ ਤੇ ਮਾਸਟਰ ਕੈਡਰ ਪੰਜਾਬੀ ਦੀ ਖਾਸ ਤੌਰ ਤੇ ਬਾਕੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਵੀਡੀਓ ਤਕਰੀਬਨ ਹਰ ਇੱਕ ਪੰਜਾਬੀ ਦੇ ਬੋਲੀ ਨਾਲ ਸੰਬੰਧਿਤ ਜਿੱਥੇ ਕਿਤੇ ਵੀ ਇਮਤਿਹਾਨ ਨ ਦੇ ਵਿੱਚ ਪ੍ਰਸ਼ਨ ਉਤਰ ਆਉਂਦੀਆਂ ਤੇ ਇਹ ਵੀਡੀਓ ਲਗਭਗ ਕੰਮ ਆ ਰਹੀਆਂ ਨੇ ਜੀ ਤੇ ਤੁਸੀਂ ਅੱਜ ਦੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਨਾ ਇੱਕ ਇੱਕ ਸ਼ਬਦ ਅਸੀਂ ਆਪਣੇ ਵੱਲੋਂ ਤੋਂ ਤੱਥਾਂ ਦੇ ਆਧਾਰ ਤੇ ਸਬੂਤ ਦੇ ਆਧਾਰ ਤੇ ਗੱਲ ਕਰਾਂਗੀ ਕਿ ਕਿਹੜਾ ਸ਼ਬਦ ਜੋੜ ਸਹੀ ਹੈ ਤੇ ਕਿਹੜਾ ਗਲਤ ਹੈ ਅਸੀਂ ਤੁਹਾਡੇ ਜਿਹੜਾ ਤੁਸੀਂ ਕਹਿ ਲੋ ਵੀ ਜਿਵੇਂ ਤੁਸੀਂ ਜਵਾਬ ਦਿੱਤੀ ਸੀ ਆਪਣੇ ਆਪਾਂ ਪਹਿਲਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਤਕਰੀਬਨ ਤੇ ਤੁਸੀਂ ਦੇਖ ਹੀ ਰਹੇ ਹੋਵੋਗੇ ਜਿਹੜੀਆਂ ਆਪਣੇ ਚੈਨਲ ਤੇ ਵੀਡੀਓ ਤੇ ਉਸ ਤੋਂ ਬਾਅਦ ਦੇਖ ਲਓ ਜੀ ਸਾਹਮਣੇ ਸਕਰੀਨ ਤੇ ਜਿਹੜਾ ਆਖਰੀ ਸ਼ਬਦ ਸੀਗਾ ਦਿਸ਼ਾ ਦੀ ਗੱਲ ਕਰਦੇ ਹਾਂ ਜਦੋਂ ਤੇ ਪੂਰਬ ਬੱਬੇ ਨਾਲ ਹੈ ਜਿਹੜਾ 91% ਤੇ ਵਾਵੇ ਨਾਲ 9% ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਤੇ ਇਹਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਸਾਡੇ ਕੋਲੇ ਪੂਰਬ ਦੇ ਵਿੱਚੋਂ ਸੋਧ ਜਿਹੜਾ ਸ਼ਬਦ ਹੈ ਜੀ ਉਹ ਬੱਬੇ ਵਾਲਾਗਾ 91% ਜਿਹੜੇ ਇਹਨਾਂ ਨੇ ਜਵਾਬ ਦਿੱਤਾਗਾ ਹਾਲੇ ਤੱਕ ਪਈਆਂ ਵੋਟਾਂ 23 ਵੋਟਾਂ ਦੇ ਵਿੱਚੋਂ ਉਹਨਾਂ ਨੂੰ ਮੁਬਾਰਕਾਂ ਜੀ ਤੇ ਫਿਰ ਸਾਡੇ ਕੋਲੇ ਆ ਗਿਆ ਸੋਧ ਸ਼ਬਦ ਜਿਹੜਾ ਨੌ ਨੰਬਰ ਤੇ ਆ ਜੀ ਇਹਦੇ ਵਿੱਚੋਂ ਗੱਲਣਾ ਜਿਹੜਾ ਦੂਜੇ ਨੰਬਰ ਤੇ ਆ ਲੱਲੇ ਦੇ ਪੈਰ ਚ ਵਿੰਦੀ ਤੇ ਨੰਨੇ ਕੰਨਾ ਇਹ ਸ਼ਬਦ ਸਹੀ ਆ ਤੇ ਤੁਸੀਂ ਇਹ ਦੇਖ ਲਓ ਕਿ 4% ਹੀ ਨੇ ਸਭੀਆਂ ਦੇ ਵਿੱਚੋਂ 4% ਜਿਨ੍ਹਾਂ ਦਾ ਸ਼ਬਦ ਜੋੜ ਸਹੀ ਹੈ ਜੀ ਤੇ ਨਾਣੀ ਨਾਲ ਜਿਹੜੇ ਜਵਾਬ ਦੇ ਰਹੇ ਨੇ ਉਹਨਾਂ ਨੂੰ ਆਪਾਂ ਜਵਾਬ ਦੇਵਾਂਗੇ 85% ਵਾਲੇ ਇਹ ਗਲਤੀ ਕਰ ਗਏ ਨੇ ਜੀ 85% ਗਲਤੀ ਕਰ ਗਏ ਨੇ ਤੇ ਫਿਰ ਸਾਡੇ ਕੋਲ ਆਇਆ ਸੀਗਾ ਅੰਮ੍ਰਿਤ ਅੰਮ੍ਰਿਤ ਸ਼ਬਦ ਦੀ ਜਿਹੜੀ ਗੱਲ ਹੈ ਜਿਹੜਾ 94% ਤੁਸੀਂ ਵੋਟ ਪਾ ਰਹੇ ਹੋ ਜੀ ਇਹ ਵਿਆਕਰਨਕ ਪੱਖ ਤੋਂ ਗਲਤ ਹੈ ਹੈਰਾਨ ਹੋਣ ਦੀ ਲੋੜ ਨਹੀਂ ਇਹਦਾ ਜਵਾਬ ਆਪਾਂ ਦਵਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਮੁਤਾਬਕ ਪਰ ਜਿਹੜਾ ਪ੍ਰਚਲਿਤ ਆ ਜਾਂ ਕਹਿ ਸਕਦਿਆਂ ਕਿਤਾਬਾਂ ਦੇ ਵਿਚਾਰਿਓ ਇਸੇ ਤਰੀਕੇ ਨਾਲ ਆ ਰਿਹਾ 94% ਵਾਲਾ ਪਰ ਅਸਲ ਦੇ ਵਿੱਚ ਜਿਹੜੀ 4% ਵੋਟ ਪਈ ਆ ਉਹ ਜਵਾਬ ਸਹੀ ਹੈ ਜੀ ਤੇ ਬਾਕੀ ਜਿਹੜਾ ਅੱਗੇ ਸਭ ਤੋਂ ਪਹਿਲਾਂ ਪਾਇਆ ਸੀ ਇਸ ਤੋਂ ਪਹਿਲਾਂ ਆਪਾਂ ਪਾਇਆ ਸੀਗਾ ਜੀ ਉਹ ਸੀਗਾ ਗਜ਼ਲ ਤੇ ਇਹ ਜਿਹੜਾ 69% ਵਾਲੇ ਸਹੀ ਨੇ ਜੀ ਤੇ 31% ਵਾਲੇ ਇਹ ਜ਼ਰੂਰ ਧਿਆਨ ਦੇਣ 162 ਜਣਿਆਂ ਦੇ ਵਿੱਚੋਂ ਜਿਹੜੇ 31% ਤੇ ਆ ਗਏ ਕਿਉਂਕਿ ਗਜ਼ਲ ਦੇ ਦੋ ਅਰਥ ਬਣਦੇ ਨੇ ਗੱਗੇ ਦੇ ਪੈਰ ਚ ਬਿੰਦੀ ਵਾਲਾ ਇਹਨੂੰ ਅਲੱਗ ਕਰਕੇ ਤੇ ਜਲ ਜਲ ਉਹਦਾ ਵੱਖਰਾ ਅਰਥ ਬਣਦਾ ਤੇ ਘਜ਼ ਲਲ ਦਾ ਅਲੱਗ ਅਰਥ ਬਣਦਾ ਇਹ ਆਪਾਂ ਵੀਡੀਓ ਪਹਿਲਾਂ ਬਣਾ ਕੇ ਪਾਈ ਹੋਈ ਆ ਕਾਫੀ ਟਾਈਮ ਪਹਿਲਾਂ ਉਹ ਵੀਡੀਓ ਜ਼ਰੂਰ ਦੇਖ ਲਿਓ 69% ਵਾਲਿਆਂ ਨੂੰ ਮੁਬਾਰਕਾਂ ਜੀ ਤੇ ਉਸ ਤੋਂ ਬਾਅਦ ਇਹ ਤਕਰੀਬਨ ਜਿਹੜੀਆਂ ਵੀਡੀਓ ਨਾਲ ਦੀ ਨਾਲ ਆ ਰਹੀਆਂ ਨੇ ਦੇਖੀ ਹੋਣਗੀਆਂ ਜੇ ਨਹੀਂ ਦੇਖਿਆ ਨਵੇਂ ਆਏ ਤਾਂ ਜ਼ਰੂਰ ਦੇਖਿਓ ਜੀ ਤੇ ਅਗਲੀ ਗੱਲ ਸੀ ਜਿਹੜੀ ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਆਪਾਂ ਪਾਇਆ ਸੀਗਾ ਸਬਦ ਅ ਸਿਗਾ ਟਾਈਮ ਦੇ ਲਈ ਟਾਈਮ ਦੇ ਲਈ ਜਿਹੜਾ ਮੰਮੇ ਦੇ ਕੰਨਾਂ ਤੇ ਉੱਤੇ ਬਿੰਦੀ ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ ਅਸੀਂ ਇਹੋ ਸਾਡੀਆਂ ਕਿਤਾਬਾਂ ਦੇ ਵਿੱਚ ਆ ਰਿਹਾ ਪਰ ਵਿਆਕਰਨਿਕ ਪੱਖ ਤੋਂ ਇਹ ਗਲਤ ਹੈ ਵਿਆਕਰਨਿਕ ਪੱਖ ਤੋਂ 2% ਜਿਨ੍ਹਾਂ ਨੇ 63 ਜਣਿਆਂ ਦੇ ਵਿੱਚੋਂ ਜਿਹੜੇ 2% ਵੋਟ ਪਾਈ ਆ ਸਸਾ ਤੇ ਮੰਮੇ ਕੰਨਾ ਕਲਾ ਉਹ ਸਹੀ ਆ ਵਿਆਕਰਨਿਕ ਪੱਖ ਤੋਂ ਬਾਕੀ ਆਪਾਂ ਸਾਰੀ ਦਾ ਜਵਾਬ ਦਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਖੇਰ ਤੱਕ ਕੇ ਜੇ ਪੇਪਰ ਦੇ ਵਿੱਚ ਆ ਜਾਵੇ ਇਹਨਾਂ ਦੋਨਾਂ ਚੋਂ ਕਿਹੜਾ ਸਹੀ ਕਰਨਾ ਉਹ ਆਪਾਂ ਅੱਗੇ ਦੱਸਾਂਗੇ ਤੇ ਸ਼੍ਰੋਮਣੀ ਦੇ ਵਿੱਚੋਂ ਜਿਹੜਾ 86% ਵਾਲੇ ਨੇ ਜੀ ਇਹ ਗਲਤ ਨੇ 86% ਵਾਲਿਆਂ ਨੇ ਚੁਣਿਆ ਆਪਣੇ ਵੱਲੋਂ ਸਹੀ ਆ ਪਰ ਅਸਲ ਨੇ ਵਿੱਚ ਇਹ ਗਲਤ ਆ ਤੇ ਜਿਹੜਾ 13% ਆ ਜਿਹੜਾ 13% ਜਵਾਬ ਦਿੰਦਾ ਜੀ 91 ਜਾਣੇ ਦੇ ਵਿੱਚੋਂ ਉਹ ਸਹੀ ਆ ਤੇ ਆਪਾਂ ਅੱਗੇ ਇਹਨਾਂ ਬਾਰੇ ਤੁਹਾਨੂੰ ਦੱਸਾਂਗੇ ਕਿ ਕਿੱਥੋਂ ਪੜ੍ਹ ਕੇ ਅਸੀਂ ਤੁਹਾਡੇ ਨਾਲ ਜਵਾਬ ਕਰ ਰਹੇ ਹਾਂ ਸੰਜੀ ਸੰਬੰਧਿਤ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ 69% ਜਵਾਬ ਦਿੱਤਾ ਕਿਤਾਬਾਂ ਦੇ ਮੁਤਾਬਕ ਇਹ ਬਿਲਕੁਲ ਅੱਜਕੱਲ ਸਹੀ ਚੱਲ ਰਿਹਾ ਪਰ ਪਰ ਜਿਹੜਾ 2 ਨੰਬਰ ਤੇ 28% ਵਾਲਾ ਅਸਲ ਦੇ ਵਿੱਚ ਇਸ ਤਰੀਕੇ ਹਾਂ 2% ਬਿਲਕੁਲ ਜੀ 2% ਵਾਲਾ ਆਨ ਇਨ ਇਟ 28% 28% ਵਾਲਾ ਜੀ ਸਹੀ ਮੰਨਿਆ ਜਾਂਦਾ ਪਰ ਆਪਾਂ ਅੱਗੇ ਜਾ ਕੇ ਤੁਹਾਨੂੰ ਜਵਾਬ ਸਾਰੇ ਦਵਾਂਗੇ ਕਿ ਕਿਹੜਾ ਅਸੀਂ ਸਹੀ ਰੱਖਣਾਗਾ ਪਹਿਲਾਂ ਤਾਂ ਤੁਹਾਡੇ ਨਤੀਜੇ ਨੇ ਵਿਆਕਰਨ ਦੇ ਵਿੱਚੋਂ ਆ ਦੇਖ ਲਓ ਆਪਾਂ ਪੰਜਾਬੀ ਨਾਲ ਜੁੜੇ ਹੋਇਆ ਪਰ ਗਲਤੀ ਸਭ ਤੋਂ ਪਹਿਲਾਂ ਇੱਥੇ ਕੀਤੀ ਆ ਬਹੁਤਿਆਂ ਨੇ 67% ਵਾਲੇ ਜੀ ਧਿਆਨ ਦੇਣ ਬਹੁਤ ਮਿਹਨਤੀ ਲੋਕ ਆ ਵਿਆਕਰਨ ਸ਼ਬਦ ਤੁਹਾਡਾ ਜਿਹੜਾ ਤੁਸੀਂ ਚੁਣਿਆ ਉਹ ਗਲਤ ਹੈ ਨੰਨੇ ਨਾਲ ਹੁੰਦਾ ਵਿਆਕਰਨ ਤੇ 33% ਵਾਲੇ ਪਾਸ ਹੋ ਗਏ ਵੈਸੇ ਵੀ 33% ਵਾਲੇ ਪਾਸ ਤਰਕੀਆਂ ਕਰਦੇ ਜਿੰਦਗੀ ਦੇ ਵਿੱਚ 33% ਵਾਲੇ ਮਾਫੀ ਚਾਹੁੰਦੇ ਆ ਜੀ ਵਿਆਕਰਨ 33% ਵਾਲੇ ਦਾ ਸਹੀ ਆ ਤੇ ਦੀਵਾਲੀ ਦੀ ਗੱਲ ਕਰਦੇ ਆਂ ਦੀਵਾਲੀ ਤੇ ਦੀਵਾਲੀ ਦੋਨਾਂ ਦਾ ਰੌਲਾ ਉਲਝਿਆ ਹੋਇਆ 82% ਵਾਲਿਆਂ ਨੂੰ ਜੇ ਮੈਂ ਗਲਤ ਕਹਾ ਤਾਂ ਉਹ ਅਤਰਾ ਜਿੱਤਣਗੇ ਤੇ 18% ਵਾਲੇ ਸਹੀ ਆ ਪਰ ਕਿਉਂ ਸਹੀ ਆ ਤੇ ਕਿਵੇਂ ਆ ਤੇ ਕਿਸ ਤਰੀਕੇ ਨਾਲ ਅਸੀਂ ਪੇਪਰ ਦੇ ਵਿੱਚ ਕਰਨਾ ਹਾਲੂ ਆਪਾਂ ਜਵਾਬ ਦੇਵਾਂਗੇ ਤੁਹਾਨੂੰ ਤੇ ਇਸ ਤੋਂ ਪਹਿਲਾਂ ਸਭ ਤੋਂ ਪਾਇਆ ਸੀ ਆਪਾਂ ਹਾਂ ਖੁਸ਼ੀ ਆਹਾਹਾ ਇੰਨੀ ਖੁਸ਼ੀ ਹੋਈ ਕਿ ਗਲਤੀ ਕਰਕੇ 88% ਗਲਤੀ ਕਰ ਗਏ ਕਮੋ ਆਲੇ 88% ਗਲਤ ਕਰ ਗਏ ਤੇ ਉਹਦੇ ਵਿੱਚੋਂ ਸਿਰਫ ਤੇ ਸਿਰਫ 11% ਵਾਲੇ ਆ ਜਿਹੜੇ 156 ਜਣੇ ਚੋਂ ਇਹਨਾਂ ਨੇ ਸਹੀ ਕੀਤਾ ਜੀ ਤੇ ਬਾਕੀ ਚਲੋ 1% ਵਾਲੇ ਵੀ ਹੈਗੇ ਆ ਉਹਨਾਂ ਨੂੰ ਤੁਹਾਨੂੰ ਕਹੀਏ ਕੀ ਆਪਾਂ ਠੀਕ ਹੈ ਨਾ 88% ਸੀ ਜਿਹੜੇ 156 ਦੇ ਵਿੱਚੋਂ ਅਈਓ ਥੋੜਾ ਜਿਹਾ ਮਿਹਨਤ ਕਰੋ ਤੇ ਹੁਣ ਆਪਾਂ ਇਹਨਾਂ ਦੇ ਤੁਹਾਨੂੰ ਦਵਾਂਗੇ ਸਬੂਤ ਪਹਿਲਾਂ ਤੁਸੀਂ ਤੁਹਾਡੇ ਨਤੀਜੇ ਦੇਖ ਲਓ ਤੇ ਫਿਰ ਆਪਾਂ ਸਬੂਤ ਦਵਾਂਗੇ